सेंट्रल से आम आदमी पार्टी के विधायक रमन अरोड़ा की ओर से गुरु गोबिंद सिंह एवेन्यू में विकास कार्यों का शुभारंभ किया गया जिसके चलते विधायक रमन अरोड़ा ने सड़कों की मुरम्मत के कार्यों की पहल करते हुए नव निर्माण कार्यों का शुभारंभ करवाया इस मौके पर मौजूद इलाका निवासियों ने कहा कि पिछले काफी लंबे समय से ये विकास कार्य रुके हुए थे जिस कारण उन्हें परेशानियों का सामना करना पड़ रहा था लेकिन अब विधायक रमन अरोड़ा की ओर से सड़कों का निर्माण कार्य शुरू करवा दिया गया है जिसके लिए वह उनका आभार व्यक्त करते हैं जालंधर से हलचल के लिए जतिन राजपूत की रिपोर्ट राजन गुप्ता प्रेजिडेंट गुरु गोविंद सिंह सोसाइटी ਅੱਜ ਦੀ ਅੱਜ ਸਾਡੇ ਐਮਐਲਏ ਸਾਹਿਬ ਰਮਨ ਅਰੋੜਾ ਜੀ ਨੇ 70 ਲੱਖ ਦਾ ਕੰਮ ਸ਼ੁਰੂ ਕੀਤਾ ਵਾ ਜਿਹਦੇ ਵਿੱਚ ਕੀ ਜਿਹੜੀਆਂ ਸਾਡੀਆਂ ਸੜਕਾਂ ਤੇ ਜਿਹੜੀਆਂ ਸਿਵਰੇਜ ਦੀਆਂ ਗਰੂਡ ਰੋਡ ਗਲੀਆਂ ਇਹ ਇਹ ਸਾਰੀਆਂ ਇਹ ਬਣਨਗੀਆਂ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਨਾਲ ਨੇ ਆਪਣਾ ਜਿਹੜੇ ਰੇਨੂ ਵਰਮਾ ਜੀ ਆ ਇਹ ਆਪ ਦੇ ਮੈਂਗੀ ਇਨਚਾਰਜ ਨੇ ਉਹ ਵਾਰਡ ਦੇ ਇਹਨਾਂ ਦਾ ਵੀ ਇਸ ਕੰਮ ਲਈ ਬਹੁਤ ਵੱਡਾ ਸਹਿਯੋਗ ਰਿਹਾ ਵਾ ਤੇ ਅਸੀਂ ਕਹਾਂਗੇ ਕਿ ਬਹੁਤ ਅੱਛੀਆਂ ਸੜਕਾਂ ਦੇ ਨਾਲ ਕਾਫੀ ਦੇਰ ਬਾਅਦ ਇਹ ਜਿਹੜੀਆਂ ਬਣ ਰਹੀਆਂ ਵਾ ਲੋਕਾਂ ਨੂੰ ਬੜੀ ਵੱਡੀ ਸਹੂਲਤ ਮਿਲੇਗੀ ਤੇ ਨਾਲ ਹੀ ਅਸੀਂ ਕਿਹਾ ਵਾ ਕਿ ਸਾਡਾ ਜਿਹੜਾ ਹੈ ਕਾਜੀ ਮੰਡੀ ਵਾਲੀ ਸੜਕ ਵੀ ਜਲਦੀ ਤੋਂ ਜਲਦੀ ਤਿਆਰ ਕੀਤੀ ਜਾਵੇ ਲੋਕਾਂ ਨੂੰ ਕੋਈ ਕਨੈਕਟੀਵਿਟੀ ਹੈ ਨਹੀਂ ਹੋ ਨਾ ਕਿ ਸੂਟਨ ਗਲੇਵ ਨੂੰ ਨਾ ਇਧਰ ਗੁਰੂ ਗੋਬਿੰਦ ਸਿੰਘ ਐਵਨਿਊ ਨੂੰ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਵਾ ਕਿ ਜਿਹੜੀ ਕਾਜੀ ਮੰਡੀ ਵਾਲੀ ਸੜਕ ਹੈ ਜਲਦੀ ਤੋਂ ਜਲਦੀ ਬਣਾਈ ਜਾਵੇ ਤੇ ਰੇਲਵੇ ਸਟੇਸ਼ਨ ਦਾ ਜਿਹੜਾ ਵਾ ਸੈਕੰਡ ਗੇਟ ਤੇ ਵੀ ਸਰਕਾਰ ਨੂੰ ਜਿਹੜਾ ਵਾ ਰਹਿਦਾ ਕੰਮ ਉਹ ਵੀ ਬਹੁਤ ਜਲਦੀ ਜਿਹੜਾ ਕੀਤਾ ਜਾਵੇ ਜਿਹੜਾ ਕਿ ਸਾਡੇ ਜਲੰਧਰ ਨੂੰ ਉਹਦੀ ਕੋਈ ਸਹੂਲਤ ਮਿਲੇ ਹਾਂਜੀ ਮੈਂਡਾਇਟੇਸ਼ਨ ਰੇਨੂ ਵਰਮਾ ਔਰ ਰਮਨ अरोड़ा ਜੀ ਸਾਡੇ ਜਰੇ ਵਿਧਾਇਕ ਹੈਗੇ ਆ ਅੱਜ ਉਹਨੇ ਆ ਕੇ ਇਥੇ ਗੁਰਗੋਬਿੰਦ ਸਿੰਘ ਜੀ ਗੁਰਗੋਬਿੰਦ ਸਿੰਘ ਐਵੇਨਿਊ ਦੀ ਸੜਕ ਦਾ ਉਦਘਾਟਨ ਕੀਤਾ ਔਰ ਉਹਨਾਂ ਨੇ ਸਾਰੇ ਰੈਜ਼ੀਡੈਂਟਸ ਨੂੰ ਇੱਥੇ ਇਕੱਠਾ ਕਰਕੇ ਉਹਨਾਂ ਦੀਆਂ ਪ੍ਰੋਬਲਮ ਸੁਣੀਆਂ ਚਾਹੇ ਉਹ ਸੀਵਰੇਜ ਦੀ ਪ੍ਰੋਬਲਮਸ ਹੈ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਨਵਾਂ ਇੱਥੇ ਮੋਟਰ ਪੰਪ ਲਗਾਉਣ ਦਾ ਵੀ ਆਸ਼ਵਾਸਨ ਦਿੱਤਾ ਗਿਆ ਔਰ ਜਲਦੀ ਆਲਰੇਡੀ ਕੰਮ ਕੁਝ ਪ੍ਰੋਸੈਸ ਦੇ ਵਿੱਚ ਵੀ ਹੈਗਾ ਹੋਰ ਵੀ ਜੋ ਉਹਨਾਂ ਦੇ ਕਨੈਕਟਡ ਏਰੀਆਜ਼ ਦੀਆਂ ਜਲਦੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਾਫੀ ਕੰਮ ਤੋਂ ਸ਼ੁਰੂ ਕਰ ਦਿੱਤੇ ਗਏ ਔਰ ਕਾਫੀ ਕੰਮ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਸ਼ੁਰੂਆਤ ਕਰਨ ਦਾ ਉਹ ਪ੍ਰੋਮਿਸ ਕਰਕੇ ਗਏ ਹੈ ਔਰ ਹੋਪਫੁਲੀ ਜੋ ਹੈ ਕਿ ਸਾਡਾ ਜਿਹੜਾ ਹੈਗੇ ਆ ਸਮਾਰਟ ਸਿਟੀ ਦੇ ਅੰਦਰ ਵੀ ਇੱਥੇ ਜਿਹੜਾ ਹੈਗਾ ਪਾਰਕ ਹਾਂ ਅਗਰਸੇਨ ਪਾਰਕ ਜਿਹੜਾ ਹੈ ਸਮਾਰਟ ਸਿਟੀ ਦੇ ਅੰਦਰ ਆਇਆ ਹੋਇਆ ਔਰ ਇਹਨੂੰ ਹੋਰ ਹੀ ਬਿਊਟੀਫੁੱਲ ਔਰ ਪੂਰੀ ਇਹਦੀ ਜਿਹੜੇ ਪ੍ਰੋਟੋਕਾਲਸ ਹੈਗੇ ਉਹਨੂੰ ਪੂਰਾ ਕਰਕੇ ਜਲਦੀ ਤੋਂ ਜਲਦੀ ਕੰਪਲੀਟ ਕਰਨ ਦੇ ਲਈ ਹੈ ਕਮਿਟਮੈਂਟ ਕਰਕੇ ਗਏ ਹੈ